ਅਰਪਿਤ ਕੀ ਸੁਣਾ ਰਹੇ ਹੋ ਜੀ ਅੱਜ? ਕਿਹੜਾ? ਅੱਖੀਆਂ। ਚਲੋ ਜੀ ਕਰੋ ਸ਼ੁਰੂ। ਕਰਨਦੀਪ ਸਿੰਘ। ਹਾਂਜੀ ਨੈਕਸਟ ਲੈਵਲ 'ਚ ਆ ਗਏ ਹੋ, ਉਦੋਂ ਬੈਟਰ ਪਰਫੋਰਮੈਂਸ ਚਾਹੀਦੀ ਸਾਨੂੰ, ਅਤੇ ਜੋ ਸੋਚੀਏ ਫਿਰ ਅੱਗੇ ਨੈਕਸਟ ਲੈਵਲ ਤੱਕ। ਚਲੋ ਜੀ। ਸੂਰਜ ਤੋਂ ਖੋਗੇ ਸੋਨਾ ਟਿੱਕਾ ਇੱਕ ਬਣਾਵਾਂ ਮੈਂ, ਨਗਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ, ਇੱਕ ਹਾਸੂ ਭਾਗਾ ਦਿਨ ਲੋੜਦਾ ਤੇਰੇ ਮੱਥੇ ਤੇ ਲਗਾਉਣ ਲਈ ਅੰਬਰਾਂ ਤੋਂ ਤਾਰੇ ਹੀਰੇ। ਨਵਜੀਤ ਸਿੰਘ ਜੀ, ਹਾਂਜੀ ਕਿਵੇਂ ਹੋ? ਵਧੀਆ ਸਰ। ਅੱਛਾ, ਲਾਸਟ ਵਾਰ ਕੀ ਸੁਣਾਇਆ ਸੀ? ਰੋਟੀ। ਬਹੁਤ ਵਧੀਆ। ਚਲੋ ਜੀ। ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ, ਕਿਸ ਹਾਲ ਚ ਵਿਦੇਸਾਂ ਵਿੱਚ ਵੱਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ, ਉਹ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਹਾਂਜੀ ਕਿਵੇਂ ਹੋ ਅਮਰਿੰਦਰ ਸਿੰਘ ਜੀ? ਅੱਜ ਕੀ ਗਾ ਰਹੇ? ਸਰ ਅੱਜ ਮਾਸ਼ਾ ਜੀ ਦੇ ਗਾਣੇ ਖਾਵਾਂ ਮੈਂ ਕਸਮ। ਖਾਵਾਂ ਮੈਂ ਕਸਮ ਸੁਣਾਓ। ਖਾਵਾਂ ਮੈਂ ਕਸਮ ਤੇਰੀ ਸੋਹਣਿਆ, ਸੁਣਾ ਰਹੇ ਹੋ ਅੱਜ? ਠੀਕ ਹੈ ਜੀ ਸੁਣਾਓ। ਹਾਂ ਸੁਣਾਓ ਬੇਟਾ। ਉਹ ਦਿਲ ਚੜਦਾ ਤੇ ਸੂਰਜ ਦਿਖਾਉਂਦਾ ਲਾਲੀਆਂ, ਅਸੀਂ ਯਾਰੀ ਚ ਨਹੀਂ ਕਰਦੇ ਦਲਾਲੀਆਂ, ਉਹ ਦਿਲ ਚੜਦਾ ਤੇ ਸੂਰਜ ਦਿਖਾਉਂਦਾ ਲਾਲੀਆਂ, ਅਸੀਂ ਯਾਰੀ ਚ ਨਹੀਂ ਕਰਦੇ ਦਲਾਲੀਆਂ, ਠੁੱਕ ਏਰੀਏ ਦੇ ਵਿੱਚ ਪੂਰੀ ਯਾਰ ਦੀ ਕਹਿੰਦੇ ਸ਼ਾਹੂਕਾਰ ਸਾਰੇ ਹੀ।